ਗ੍ਰੰਥ ਸਾਹਿਬ ਉਤਦ ਬੰਦਾ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਰਾਸਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਕਿਲਾ ਗਿਆਨੀ ਬਲਵੀਰ ਸਿੰਘ ਜੀ ਨੇ ਕਥਾ ਦੀ ਸਮਾਪਤੀ ਸਮੇਂ ਲਫ਼ਜ਼ ਕਿਹਾ ਸੀ ਧਰਮ। ਧਰਮ ਹੈ ਕੀ? ਮੈਂ ਅੰਗਰੇਜ਼ੀ ਘੱਟ ਜਾਣਦਾ ਲੇਕਿਨ ਅੰਗਰੇਜ਼ੀ ਵਿੱਚ ਇਹਦੇ ਅਰਥ ਸਾਖੀ ਤੇ ਰਿਵੀਜ਼ਨ ਤੇ ਰਿਵੀਜ਼ਨ ਦਾ ਦੋ ਸ਼ਬਦਾਂ ਦਾ ਕੰਬੀਨੇਸ਼ਨ ਹੈ ਰੀ ਪਲੱਸ ਲੈਜਨ। ਪਾਲਕ ਜਿਹੜਾ ਟੁੱਟੀ ਹੋਈ ਆਤਮਾ ਨੂੰ ਪਰਮਾਤਮਾ ਨਾਲ ਜੋੜੀ ਉਹ ਧਰਮ ਹੈ ਰਿਲੀਜਨ ਦੇ ਅਰਥ ਰੀ ਪਲੱਸ ਲੈਜਨ ਰੀ ਦੁਬਾਰਾ ਲੈਜਨ ਜੋੜਨਾ। ਇਹਦੇ ਨਾਲ ਨਾਲ ਅਸੀਂ ਕਹਾਂਗੇ ਵੀ ਧਰਮ ਹਾਲ ਕਿਹੜਾ ਜਿਹੜੇ ਜਿਹੜੇ ਕੋਈ ਧਰਮ ਨਾਲ ਸੰਬੰਧਿਤ ਹੈ ਨਾ ਉਹ ਗੁਰਮੁਖ ਪਿਆਰੇ ਕਹਿੰਦੇ ਵੀ ਸਾਡਾ ਧਰਮ ਸ੍ਰੇਸ਼ਟ ਹੈ ਬਾਕੀ ਦੀਆਂ ਗੱਲਾਂ ਛੱਡੋ ਆਪਾਂ ਕਰਾਂਗੇ। ਅਸੀਂ ਧਰਮ ਗ੍ਰੰਥਾਂ ਦਾ ਮੁਤਾਲਿਆ ਕਰਦੇ ਹਾਂ ਖਾਸ ਕਰਕੇ ਅਸੀਂ ਭਾਰਤ ਵਿੱਚ ਆਏ ਤੁਸੀਂ ਵੀ ਆਇਓ ਵਿਸ਼ਨੂੰ ਦੇ ਇੱਥੇ ਵੀ ਅਵਤਾਰਾਂ ਦਾ ਜ਼ਿਕਰ ਮਿਲਦਾ ਦਸਮ ਗ੍ਰੰਥ ਵਿੱਚ ਬ੍ਰਹਮਾ ਦੇ ਸੱਤ ਅਵਤਾਰਾਂ ਦੀ ਚਰਚਾ ਦਸਮ ਗ੍ਰੰਥ ਵਿੱਚ ਬਾਲਮੀਕੀ ਕਾਲੀਦਾਸ ਨੇ ਵਿਆਸ ਨੂੰ ਬ੍ਰਹਮਾ ਦਾ ਅਵਤਾਰ ਲਿਖਿਆ ਉੱਥੇ ਦੱਤਾਤ੍ਰੇਅ ਦੇ ਪਾਰਸ ਰਾਤ ਨੂੰ ਸ਼ਿਵਜੀ ਦਾ ਅਵਤਾਰ ਲਿਖਿਆ ਕੋਈ ਬ੍ਰਹਮਾ ਦਾ ਅਵਤਾਰ ਕੋਈ ਸ਼ਿਵਜੀ ਦਾ ਅਵਤਾਰ ਕੋਈ ਵਿਸ਼ਨੂੰ ਦਾ ਅਵਤਾਰ ਲੇਕਿਨ ਇੱਕ ਬਹੁਤ ਕ੍ਰਾਂਤੀਕਾਰੀ ਸ਼ਬਦ ਹੈ ਗੁਰੂ ਅਰਜਨ ਪ੍ਰਤੱਖ ਹਰ। ਆਪਾਂ ਕਈ ਵਾਰ ਕਹਿੰਦੇ ਨੇ ਕਿ ਫਲਾਨਾ ਫਲਾਨੇ ਵਰਗਾ ਹੈ ਲੇਕਿਨ ਪਾਟਵੀਰ ਕਹਿੰਦੇ ਵੀ ਗੁਰੂ ਅਰਜਨ ਦੇਵ ਰੱਬ ਵਰਗੇ ਨਹੀਂ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਰੱਬ ਹਨ। ਤੇ ਗੁਰਮੁਖ ਬੰਦਾ ਤਾਂ ਵਿਤਕਰਾ ਕਰੇਗਾ ਕਾਣੀ ਬਣ ਜਿਵੇਂ ਕਾਮਤ ਬਣੀ ਵੀ ਅੰਨਾ ਵੱਡੇ ਰੋੜੀਆਂ ਤੇ ਮੁੜੁ ਬੜਾਪਿਆਂ ਨੂੰ ਰੱਬ ਦੇ ਉੱਪਰ ਕਾਲੀ ਵੱਟਦੀ ਬੜੀ ਅਜੀਬੋ ਗਰੀਬ ਗੱਲ ਹੈ ਤੇ ਬੜੀ ਸਿੰਪਲ ਹੈ। ਰੱਬ ਦਾ ਦੀਵਾ ਜਗਦਾ ਆਕਾਸ਼ ਵਿੱਚ ਸੂਰਜ ਸੂਰਜ ਦਾ ਚਾਨਣ ਸ਼ਰਾਬ ਦੇ ਠੇਕੇ ਤੇ ਵੀ ਪੈਂਦਾ ਤੇ ਵੇਸਵਾ ਦੇ ਕਰਤੇ ਗੁਰਦੁਆਰੇ ਤੇ ਵੀ ਪੈਂਦਾ ਉਹ ਸੂਰਜ ਦੀਆਂ ਕਿਰਨਾਂ ਮਸੀਹ ਤੇ ਵੀ ਪੈਂਦੀਆਂ ਨੇ ਚੱਟ ਤੇ ਵੀ ਪੈਂਦੀਆਂ ਨੇ ਕੋਈ ਵਿਤਕਰਾ ਨਹੀਂ। ਪਰਮਾਤਮਾ ਨੇ ਆਪ ਸਥਿਤੀ ਨੂੰ ਬਣਾਈ ਹੈ ਸਾਡੇ ਜੀਵਨ ਲਈ ਭਾਵੇਂ ਕੋਈ ਗਰੀਬ ਹੈ ਭਾਵੇਂ ਕੋਈ ਅਮੀਰ ਹੈ ਭਾਵੇਂ ਕੋਈ ਭੈਣ ਹੈ ਭਾਵੇਂ ਕੋਈ ਭਾਈ ਹੈ ਭਾਵੇਂ ਕੋਈ ਪੁੰਨੀ ਹੈ ਭਾਵੇਂ ਕੋਈ ਪਾਪੀ ਆਪ ਸੀਜਨ ਦੇਣ ਲੱਗਿਆ ਕਹਿੰਦਾ ਨਹੀਂ ਕਿ ਮੈਨੂੰ ਕਾਰਡ ਦਿਖਾ ਪਹਿਲਾਂ ਤੈਨੂੰ ਤਾਂ ਦਿਆਂਗਾ ਕਿਹੜਾ ਨਿਰਪੱਖ ਹੋ ਤੂੰ ਜਿਹੜਾ ਰੱਬ ਹੈ ਨਾ ਉਹਦੇ ਚ ਕਾਣੀ ਵੱਟਣੀ ਪੁੱਛਿਆ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਕੋਈ ਪਾਤਸ਼ਾਹ ਧਰਮ ਕਿਹੜਾ ਵੱਡਾ ਮਹਾਨ ਹੈ ਉਹਨਾਂ ਨੇ ਇੱਕੇ ਗੱਲ ਚ ਨਿਰਣਾ ਕਰ ਦਿੱਤਾ ਕਹਿੰਦੇ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਾਪ ਨਿਰਮਲ ਕਰਨ। ਇਹ ਜਿਹੜੀ ਪੰਕਤੀ ਹੈ ਨਾ ਬਹੁਤ ਡੂੰਘੀ ਹੈ ਫਸਫਾਨਾ ਵਿਚਾਰ ਦੇ ਰਹੇ ਸੀ ਨਾਲ ਹਰੀ ਦਾ ਨਾਮ ਵੀ ਜਪ ਤੇ ਨਾਲ ਕਰਮ ਵੀ ਚੰਗੇ ਕਰ ਆਪਾਂ ਮਾਰਾ ਫੇਰ ਨਹੀਂ ਭਗਵਾਨ ਦਾ ਨਾਮ ਲੈ ਕੇ ਤੇ ਗੁਰਮੁਖ ਦਾ ਰੱਖਾ ਜਿਵੇਂ ਗਿਆਨੀ ਜੀ ਗੱਲ ਕਹਿ ਕੇ ਗਏ ਸਨ ਕਿ ਕੋਈ ਕਹਿੰਦਾ ਬੈਂਗਣ ਨਾ ਖਾਓ ਕੋਈ ਕਹਿੰਦਾ ਮਸਰਾਂ ਦੀ ਦਾਲ ਨਾ ਖਾਓ ਮਸਰਾਂ ਦੀ ਦਾਲ ਵੀ ਛੱਡ ਦਿੱਤੀ ਲਸਣ ਵੀ ਛੱਡ ਦਿੱਤਾ ਪਰ ਜੇ ਗਰੀਬ ਕਾਕੂ ਆਇਆ ਤਾਂ ਖੂਨ ਪੀ ਲਿਆ ਕਹਿੰਦਾ ਵਿਆਜ ਲਵਾਂਗਾ 10%
मैं मीट नहीं खाना, आंडे नहीं खाने, पर जे बंदा अड़िकी आ गया तो याद रखेगा तो खून चूस लेना। गुरमुखा रब का नाम ही लै, नाल कर भी चंगे कर, जिवें तुहाडी लोक इस इलाके की बोली है, ट्रस्ट इन गॉड एंड डू द राइट। वैगुरू ते विश्वास भी कर, नाल कम भी नहीं कर। ओ इशारा करके गए थे धर्म के दस अंग ने। धर्म किवें पैदा होंदा है, साडे वडेरियां ने बचन लिखे ने, खिमा अहिंसा दया मृद सात बचन तप दान सील सौज तृष्णा बिना धर्म लिंग का ज्ञान। जिवें क्वांटल के 100 किलो ने मन के 40 से होंगे सर, इस प्रकार गुरमुखा जे धर्मी बनना ते तेरे अंदर ये 10 वक् वक् पक्ष चाहिए ने, ये 10 अस्पेक्ट ने। सारे तो पहले खिमा, आप तो गुरमुख कुमारी जी गल कहे तो आप आकर्षण तक कर रहे हैं, ये नहीं। जे गुरु का सिख है ना, आप भरा सब जग भरा, भरा भरा कर सब ना देखे। जे धर्मी है गुरु का सिख, एक है हम नहीं चंगे बुरा नहीं कोए। असीं तां कहिंदे सारी दुनिया चंगी, मैं इधर तो था। कलगीधर पातशाह महाराज के इतिहास में एक घटना होती है, एक जगे नाम का सिख सी भाई जगा जी। असीं किसी भी धर्म का मुतालिया करिए, मैं ईसाई ते लंबा समा स्टडी की ईसाई धर्म की, इस्लाम का मुतालिया किया, मेरी कर्म चंगे गुरु ने रहमत की धर्म विचार की। किसी भी धर्म ग्रंथ को पढ़ो तो गुरमुखो जदों तो संसार बनिया ईरखा उदों तो है, उदों तो ईरखा है। और थोड़े इलाके बैगल का बड़ा प्रचार, क्योंकि नवीर की ये मुख धर्म ग्रंथ है। हर मौके खुदा की मुखालफत करता है शैतान, जिन्हों इंप भी कहते, डैवल भी कहते हैं। ये रब की अपोजिशन पार्टी है, ये रब जो भी करे वो उल्ट करना है, अपोजिशन। इस तरह गुरमुखो शैतान ने इथों तक रब नूं चैलेंज किया कि मित्रा जिन्ना जोर लाने नारा, जब तक मैं जिउणा ना मैं लोगों को तेरे राह नहीं आउण देना। ये वक्री गल, भाषा का फर्क है। दो मत ने, इरमनी मत एक भारती मत, जेड़ा इरमनी मत है वो ट्रांसलाइजेशन ऑफ सोल नहीं बनता, आवागमन नहीं बनता। लेकिन जो भारतीय मत ने वो ट्रांसलाइजेशन ऑफ सोल आवागमन बनते हैं। ये आप कुरान पढ़िए, अंजील पढ़िए, तौरात पढ़िए, उसे शैतान का जिक्र आएगा। तो भारतीय मत में रब की मुखालफत पार्टी है माया, माया, और उस माया का कर्म है ताप। ताप नामे ईरखा का जेलसी। सतगुरु ग्रंथ साहिब के पातशाह महाराज सानू इहना सिटरिक भी इहदे तो बचण दा हुकम कीता, कहिंदे जिस दे अंदर ताप पराई होवे ते सरका दे रोवी भला। जिस मनुख दे मन विच ईरखा ना, गुरु के सिखा मैं तेन बेनती करा, पका ना रहा किसी की लड़की से ओदे ते पग रख, तू गुरु का सिख है। पग रहा ना किसी के सिर नूं ढक, ये कमजोर पग ईरखा का। भाई जगे नूं सतगुरु पातशाह प्यार नाल लागे बिठाउंदे ने, ते जिहड़े खालू ने उन्हां नूं बड़ी परेशानी, जिवें आपां नूं हुंदा ना फलाने ने ऐन तीनों पल लाइए जायदार बनिया, तीनों पल हो रही कपड़े को पीड़ सानू, ये आम होगी जी आम हो। सानू महापुरुषों ने सारी पढ़ाई, भाई साहब ने भी पढ़ी है। एक बंदे ने शिवजी की आराधना शुरू की, शिवजी महाराज की, कहते जी घोड़ा ना तुम घोड़ा ना उतार, कहते कहते छेती प्रसन्न हो जाता। कहने लगा आप कम करना सौखा,
ਤੇ ਉਹਨੇ ਗੁਰਮੁਖ ਪਿਆਰੇ ਭੋਲੇ ਨਾਲ ਸ਼ਿਵ ਜੀ ਦੀ ਰਾਧਨਾ ਸ਼ੁਰੂ ਕੀਤੀ। ਭੋਲੇ ਨਾਲ ਸਾਲ ਪ੍ਰਗਟ ਕਹਿਣ ਲੱਗੇ, ਪਿਤਰਾ ਕੀ ਚਾਹੀਦਾ, ਮੰਗ ਜੋ ਮੰਗਣਾ। ਕਹਿੰਦਾ ਬੜੀ ਕਿਰਪਾ ਕੀ ਦਰਸ਼ਨ ਦਿੱਤੇ ਨੇ, ਪਰ ਮੇਰੇ ਨਾਲ ਪ੍ਰੋਮਿਸ ਕਰ। ਪ੍ਰੋਮਿਸ ਕਹਿੰਦਾ ਕਿਵੇਂ, ਕਿ ਜੋ ਮੰਗਾਂਗਾ ਦੇਗਾ। ਕਹਿੰਦਾ ਕਿ ਕਿਹੜੀ ਗੱਲ ਹੈ, ਦਿਆਂਗਾ। ਪਰ ਜਦੋਂ ਉਹਨੇ ਗੱਲ ਕਹੀ ਤੇ ਸ਼ਿਵ ਜੀ ਮਹਾਰਾਜ ਕਹਿਣ ਲੱਗੇ, ਗੁਰਮੁਖਾ ਤੈਨੂੰ ਜ਼ਰੂਰ ਦਿਆਂਗਾ, ਪਰ ਗੁਆਂਢੀਆਂ ਨੂੰ ਦੋ ਦੂਣਾ। ਕਹਿਣ ਲੱਗਾ ਹੁਣ ਮਾਰੇ ਟਿਕਾਣੇ, ਪੁਆਣਾ ਤਾਂ ਗੁਆਂਢੀਆਂ ਨੂੰ ਮਾਰਦਾ, ਉਹ ਕਹਿੰਦਾ ਦੂਣਾ ਲੈ ਕੇ ਚੱਲ। ਕਹਿਣ ਲੱਗਾ ਮੈਨੂੰ ਇਹ ਵੀ ਮਨਜ਼ੂਰ, ਮੈਂ ਹਰਿਆ ਤੇ ਤੂੰ ਜਿੱਤਿਆ, ਪਰ ਜਵਾਨ ਤੇ ਪਕਾ ਰਹੀ। ਉਹ ਕਹਿਣ ਲੱਗਾ ਦੱਸਦਾ ਸਹੀ, ਕਿਉਂ ਟਾਈਮ ਤੋਂ ਬਾਅਦ ਕਰਦਾ। ਕਹਿੰਦਾ ਮੇਰੀ ਆਦਤ ਨਹੀਂ ਕਰਦੇ। ਉਹ ਕਹਿੰਦਾ ਕਿੱਡਾ ਸ਼ਕਾਈ ਬੰਦੇ, ਲੋਕੀ ਤਾਂ ਲੈਂਜ ਪਾਉਂਦੇ ਨੇ ਅੱਖਾਂ ਚ, ਇਹ ਤੋਂ ਕੋਈ ਨਾਟਕ ਨਹੀਂ ਕਰਦੇ। ਕਹਿਣ ਲੱਗਾ ਉਹਦਾ ਗੱਲਾਂ ਦਾ ਟਾਈਮ ਨਹੀਂ ਮੇਰੇ ਕੋਲ, ਮੈਂ ਤੈਨੂੰ ਬੇਨਤੀ ਕਰਦਾ ਅੱਖ ਕਾਣੀ ਕਰਦੇ। ਉਹ ਕਹਿਣ ਲੱਗਾ ਵਾ ਸੋਚ ਕੇ ਗੱਲ ਕਰ ਭਲਿਆ। ਕਹਿੰਦਾ ਮੈਂ ਵੀ ਤੈਨੂੰ ਬੇਨਤੀ ਕਰਦਾ ਵੀ ਮੈਂ ਸੋਚਿਆ ਮੈਨੂੰ ਕਾਣਾ ਕਰ ਤੇ ਗੁਆਂਢੀਆਂ ਨੂੰ ਕਹਿੰਦਾ। ਕਹਿਣ ਲੱਗਾ ਤੇ ਭਾਈ ਤੇਰੀ ਮਰਜ਼ੀ, ਪਰ ਤੂੰ ਦੱਸ ਕੀ ਇਹਦੇ ਪਿੱਛੇ ਮਤਲਬ ਕੀ ਹੈ। ਕਹਿੰਦਾ ਪਹਿਲਾਂ ਉਹਨਾਂ ਨੂੰ ਅੰਨਿਆ ਕਰਕੇ ਮੈਨੂੰ ਕਾਣਾ, ਮੁੜ ਕੇ ਇੱਕ ਤੈਨੂੰ ਖੇਡਣ ਪਾਉਣੀ, ਫਿਰ ਤੈਨੂੰ ਛੁੱਟੀਆਂ। ਮੇਰੇ ਮੇਨ ਦਰਵਾਜ਼ੇ ਚ ਇੱਕ ਵੱਡਾ ਖੂਹ ਬਣਾ। ਕਹਿਣ ਲੱਗਾ ਕਮਲਿਆ ਦਰਵਾਜ਼ਿਆਂ ਚ ਖੂਹ। ਕਹਿਣ ਲੱਗਾ ਜੀ ਮੈਂ ਤੁਹਾਨੂੰ ਬੇਨਤੀ ਤਾਂ ਕੀਤੀ ਵੀ ਮੇਰੇ ਦਰਵਾਜ਼ੇ ਚ ਇੱਕ ਖੂਹ ਹੋਵੇਗਾ ਨਾ, ਗੁਆਂਢੀਆਂ ਦੇ ਦੋ ਹੋਣਗੇ ਤੇ ਸਾਰਾ ਟੱਬਰ ਡੁੱਬ ਕੇ ਮਰੇਗਾ। ਇਹ ਸਾਡਾ ਕਮਜ਼ੋਰ ਪੱਖ ਜੀ, ਆਪਾਂ ਮੰਨੀਏ ਜਾਂ ਨਾ ਮੰਨੀਏ। ਤਾਤ ਈਰਖਾ ਜਿਹੜੇ ਜੈਲਸੀ ਕਰਦੇ ਨੇ ਭਾਈ ਜੱਗੇ ਦੇ ਨਾਲ, ਕੱਲਾ ਗਿਆ ਘੇਰ ਲਿਆ। ਕਹਿਣ ਲੱਗਾ ਸੁਣਾ ਹੁਣ ਗੁਰੂ ਤੇਰੇ ਨਾਲ, ਅਸੀਂ ਤਾਹੀਓ ਤਾਂ ਗਲਤੀਆਂ ਕਰਦੇ ਵੀ ਅਸੀਂ ਕਦੇ ਗੁਰੂ ਨੂੰ ਅੰਗ ਸੰਗ ਨਹੀਂ ਸਮਝਿਆ। ਮੈਂ ਮੰਜੀ ਸਾਹਿਬ ਤੋਂ ਤਕਰੀਬਨ ਹਜ਼ਾਰਾਂ ਵੇਲਾ ਸੰਗਤਾਂ ਨੂੰ ਬੇਨਤੀ ਕੀਤੀ ਤੇ ਮੈਂ ਜਦੋਂ ਵੀ ਕਦੋਂ ਘਰੋਂ ਨਿਕਲਦਾ ਹਾਂ ਤੇ ਮੈਂ ਇਹ ਪੰਕਤੀਆਂ ਲਾਜ਼ਮੀ ਪੜ੍ਹਦਾ। ਦੁਕਾਨ ਉਲਾਸੀ ਦਿਆਲ ਅੰਗ ਸਰੂਪੇ ਸਦਾ ਅੰਗ ਸੰਗੇ ਭੰਗਨ ਉੱਤੇ। ਕਿੰਨਾ ਕੁ ਟਾਈਮ ਲੱਗਦਾ, ਕਿੰਨੀ ਖੇਡਣਾ ਹੈ। ਪੜ੍ਹਦੇ ਅਸੀਂ ਇਹ ਹੈ ਵੀ ਗੁਰਮੇਰੇ ਸੰਗ ਸਦਾ ਹੈ ਨਾਲੇ, ਤੇ ਇੱਕ ਪਾਸੇ ਕਹਿੰਦੇ ਵੀ ਗੁਰੂ ਕਿੱਥੇ ਹੈ। ਉੱਥੇ ਇਤਿਹਾਸ ਲਿਖਿਆ ਕਿ ਉਹਨਾਂ ਨੇ ਕੁੱਟ ਕੁੱਟ ਕੇ ਭਾਈ ਜੱਗੇ ਨੂੰ ਬਹੋਸ਼ ਕਰ ਦਿੱਤਾ। ਧਰਮ ਦਾ ਪਹਿਲਾ ਅੰਗ ਖਿਮਾ। ਪਤਾ ਚੱਲਿਆ ਕਿ ਭਾਈ ਜੱਗੇ ਨੂੰ ਚੁੱਕ ਕੇ ਲਿਆਂਦਾ ਪਾਤਸ਼ਾਹ ਨੇ, ਆਖਿਆ ਵੀ ਗੁਰਮੁਖੀ ਦੀਆਂ ਤਲੀਆਂ ਚਸੋ, ਜਿਹੜਾ ਪੁਰਾਣਾ ਤਰੀਕਾ ਸੀ ਉਹਨੂੰ ਦੁੱਧ ਘਿਓ ਪਿਆਓ। ਪਿਆਇਆ ਤਲੀਆਂ ਚਸੀਆਂ, ਕਾਇਮ ਹੋਇਆ ਤੇ ਕਹਿੰਦੇ ਜੱਗਿਆ ਬਾਕੀ ਦੀਆਂ ਗੱਲਾਂ ਫੇਰ, ਪਰ ਮੈਨੂੰ ਇੱਕ ਦੱਸ ਤੈਨੂੰ ਮਾਰਿਆ ਕਿਹਨੇ। ਉਹਨੂੰ ਪੁੱਛੀਏ ਵੀ ਕਿਉਂ ਮਾਰਿਆ ਹੈ। ਸਦਕੇ ਜਾਵਾਂ ਗੁਰੂ ਤੇ ਸਿੱਖ ਦੇ। ਕਹਿੰਦਾ ਕੁੱਟਣ ਵਾਲਾ ਵੀ ਤੂੰ, ਘਿਓ ਪਿਉਣ ਵਾਲਾ ਵੀ ਤੂੰ, ਤੇ ਨਾਂ ਕਿਹਦਾ ਲਵਾਂ। ਕੁੱਟਣ ਵਾਲਾ ਵੀ ਤੂੰ, ਦੁੱਧ ਘਿਓ ਪਿਉਣ ਵਾਲਾ ਵੀ ਤੂੰ। ਕਹਿਣ ਲੱਗੇ ਨਾ। ਕਹਿੰਦੇ ਪਾਤਸ਼ਾਹ ਤੇਰਾ ਬਿਰਦ ਹੈ ਖਿਮਾ ਕਰਨਾ। ਧਰਮ ਦਾ ਪਹਿਲਾ ਅੰਗ ਜੇ ਖਿਮਾ, ਦੂਜਾ ਅਹਿੰਸਾ ਜੀਵ ਹੱਤਿਆ। ਇਹਨੂੰ ਆਪਾਂ ਆਮ ਕਰਕੇ ਬਰੂਨੀ ਮਾਰਗ ਤੱਕ ਸੀਮਤ ਆ। ਗੁਰਮੁਖੋ ਮਨ ਕਰਕੇ ਵੀ ਕਿਸੇ ਦਾ ਬੁਰਾ ਸੁੱਟਣਾ ਇਹ ਵੀ ਇੱਕ ਅਹਿੰਸਾ ਹੈ। ਖਿਮਾ ਅਹਿੰਸਾ ਤੇ ਤੀਜੇ ਨਾ ਆਉਂਦਾ ਦਇਆ। ਕੱਲ ਆਪਾਂ ਅਮਰ ਛਕਣਾ ਜਿੰਨਾ ਗੁਰਮੁਖਾ ਮੇਰੇ ਭੈਣਾਂ ਭਰਾਵਾਂ ਨੇ ਉਹਨਾਂ ਲਈ ਲਾਜ਼ਮੀ ਤੇ ਇੱਕ ਦਇਆ ਦਾ ਅੰਗ ਤੇ ਰੱਖਣਾ ਦਇਆ ਦਾ ਅੰਗ। ਸਤਿਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਪਾਵਨ ਬਾਣੀ ਵਿੱਚ ਆਪਾਂ ਸ਼ਬਦ ਪੜ੍ਹਦੇ ਹਾਂ ਰੋਜ਼ਾਨਾ, ਧੌਲ ਧਰਮ ਦਇਆ ਕਾ ਪੂਤ। ਜੇ ਮਾਂ ਹੀ ਨਹੀਂ ਆਈ ਤਾਂ ਪੁੱਤ ਕਿੱਥੋਂ ਆਏਗਾ। ਧਰਮ ਦੀ ਮਾਂ ਦਇਆ ਹੈ। ਤੀਜੇ ਨੰਬਰ ਤੇ ਜੇ ਧਰਮੀ ਹੈ ਤੇ ਗੁਰਮੁਖਾ ਤੇਰੇ ਅੰਦਰ ਦਇਆ ਵੇ। ਖਿਮਾ ਅਹਿੰਸਾ ਦਇਆ ਮਿਰ ਤੋਂ ਭਾਵ ਹੈ ਪ੍ਰਸ਼ਾਦ। ਮਿੱਠ ਬੋਲਣਾ ਸੁਭਾ ਤੇ ਅੱਗੇ ਪੰਜਵਾਂ ਸਾਤ ਵਚਨ। ਗੁਰਮੁਖੋ ਧੰਨ ਤੂੰ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਇਤਿਹਾਸ ਪੜ੍ਹੋ। ਮੈਂ ਇਹ ਤਕਰੀਬਨ ਬੇਨਤੀ ਕਰਦਾ ਰਹਿੰਦਾ ਕਿ ਆਪਾਂ ਪੰਜਾਂ ਕਕਾਰਾਂ ਦੇ ਬਾਰੇ ਜੇ ਡੋਰ ਦੇਣੇ ਆ
गुरु का हुक्म है। पांच बाणियां दे आप अमल करते हैं, एक गुरु का हुक्म है। तीन पब्बे भी साढ़े लिए बड़े जरूरी है। तो गेड़ा धन गुरु अंगद के सच्चे पातशाह महाराज बाबे रहने तो गुरु अंगद रूप तां बने, उन्होंने तीन पब्बियां ते पहरा दिता, भरा जी, भाणा जी ते भुला जी। पातशाह दोस्त तुसीं करदे हो, भरा करदे हो, मेरे गुरदेव ने ताड़ना पे भाई रहने आ काम क्यों किया, कहना जी भुल गया आ गुरमुखा इं होया। कहिंदे जी भाणा सात वचन ताप दान, ताप तो भाव है कि भुख ते कटनी, वाधा घाटा हो गया। तो आप जो गुरुद्वारे आए तो बड़िया सेवियां मोगियां कहन लगा खा गए प्रबंधक जान निकल जाती है। गुरमुखा तेरी ट्रांसलेशन पावर हो, जल शक्ति हो, वाधा घाटा होगा तो जल ते दान पाप हथों दे के भला बनाए। सीर जन शक्ति ट्रांसलेशन पावर, सोच को भाव है सुचम। असं सुचम इस पास लिया कि गुरमुखों नलका मिलया, घसा घसा के लोहे का नलका चांदी वर्गा बना देने, चांदी वर्गा पता लगता कि नलका मंजा खाड़ खूह ने, मैं खट्टी के खंड नहीं जो करता। पर ये मैं बेनती करांगा कले नलके मानने बात नहीं बननी, जिन्ना चिर मन ना मजिया, मन मैड़े सब कुछ मैड़ा, तन धोते मन हशा ना हो, यह सुचम रखनी है। सील सोच त्रिश्ना बिना इनू प्रातन सनातन मत के ग्रंथा में लिखे है, जथा लाभ तथा संतुष्टि, जो भी मिल गया ना वो जो सबर रखना सबर। पर गुरु ग्रंथ सच्चे पातशाह कहते कि गुरमुखा गल बात बड़िया सौखिया ने, पर प्रैक्टिकल तौर पर करना बड़ा औखा है। तृष्णा बिरले ही की हुई है, कोट जोड़े लाख करोड़े मरना हो रहे, परे परे ही को रुचि है, होर आजन होर आजन। सीर सौर तृष्णा बिना धर्म लिंग दस जान, इन्हां दसा चीजा के समेल नूं नूं कहिंदे धर्म। ये पैदा किवें होवे, उपजे धर्म वाक सत कर अप, जो भी कुछ होया ना उन्हों सद करके मनना। आप गुरमुख पेन फड़िया कागज फड़िया तो आप कहने आ भी गलत है, आ भी गलत है, आ भी गलत है। जे गुरु का सिख है तो गुरमुखा कि सत भी कह दे, कि हां जी भी कह दे, ठीक है रे। आप प्रश्न करते हैं करेक्शन तो सारे तो पहला उपजे धर्म बात सत कर अप, यह धर्म तेरे अंदर त पैदा होगा जो तेरे अंदर सत बजन की भावना आ जाता। तो जिन्हें आप बूटा लाया तो पानी देना उन्होंने व्डा होगा। दया दान कर धर्म बधे नित, दया के दान का जल पाउन के गुरमुखा यह धर्म का बूटा व्डा होगा। इस भय खिमा के संकार, ये धर्म का बूटा तद कायम रहेगा जे किसी को खिमा कर दे, जे किसी ने तेरा नुकसान किया तो उन्हें यह कमी पे गुरमुखा जा तेरा वाहगुरु भला करे, तेनू वाहगुरु समत देवे। इस भय खिमा के संगा धर्म क्रोध कर होत भंगा, क्रोध विचों बंदा आ जाता तो कहते ना मां का शर्म ना पिता की शर्म। जेड़ा क्रोध है ना ये बंदे के धर्म का नाश कर देगा। तो गुरमुखो धर्मी मन वास्ते कुछ ना कुछ प्रोसीजर है, कोई तरीका ढंग है। जिन्हें भी धर्म है ना उन्हें एक भाषा होती है द्विज,
ਜਦੋਂ ਭਾਰਤੀ ਧਰਮਾਂ ਨੂੰ ਪੜ੍ਹਦੇ ਨਾ, ਭਾਰਤੀ ਧਰਮਾਂ ਨੂੰ ਵਿਸ਼ੇਸ਼ ਕਰਕੇ, ਤੇ ਉੱਥੇ ਰੱਬ ਦੇ ਸਰਦਾ ਦਵੇਜ ਉਹਦਾ ਪੰਜਾਬੀ ਚ ਆਪਾਂ ਅਨੁਵਾਦ ਕਰਾਂਗੇ ਦੂਹਰਾ ਜਨਮ, ਜਿਹਨੂੰ ਗੁਰੂ ਕੀ ਬਾਣੀ ਚ ਆਪਾਂ ਪੜ੍ਹਦੇ ਹਾਂ ਸਤਿਗੁਰ ਕੇ ਜਨਮੇ ਗਮਨ ਮਟਾਇਆ। ਤੇ ਜੇ ਮੈਨੂੰ ਮੁਆਫੀ ਦਿਓ, ਕਈ ਬੰਦੇ ਇਹ ਹੋਏ ਜਿਹੜੇ ਅਣਜੰਮੇ ਮਰ ਜਾਂਦੇ, ਜੰਮਣ ਤੋਂ ਪਹਿਲਾਂ ਮਰ ਜਾਂਦੇ, 70 ਸਾਲ ਉਮਰ ਤੇ ਜੰਮੇ ਨਹੀਂ, ਅਣਜੰਮੇ ਮਰ ਜਾਂਦੇ। ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਕਹਿੰਦੇ ਗੁਰਮੁਖਾ, ਗੁਰੂ ਦੇ ਘਰ ਤੇਰਾ ਜਨਮ ਹੋ ਜਾਏ ਨਾ, ਤੇ ਮੁੜ ਕੇ ਆਵਾਗਮਨ ਦਾ ਗੇੜਾ ਹੀ ਮੁੱਕ ਜਾਏਗਾ। ਔਰ ਇਸ ਗੱਲ ਨੂੰ ਤਮਾਮ ਧਰਮਾਂ ਨੇ ਐਕਸੈਪਟ ਕੀਤਾ, ਗ੍ਰਹਿਣ ਕੀਤਾ ਹੈ। ਦੁਨੀਆਂ ਦੇ ਧਰਮਾਂ ਦੇ ਵਿੱਚ ਸਭ ਤੋਂ ਬਹੁਤ ਗਿਣਤੀ ਹੈ ਈਸਾਈ ਧਰਮ ਦੀ। ਉਹਨਾਂ ਦੇ ਧਰਮ ਗ੍ਰੰਥਾਂ ਦਾ ਮੁਤਾਲਿਆ ਕਰੋ, ਤੇ ਈਸਾ ਜੀ ਜਿਹਨਾਂ ਨੇ ਆਪਣੇ ਆਪ ਨੂੰ ਖੁਦਾ ਦਾ ਪੁੱਤਰ ਖਵਾਇਆ ਨਾ, ਜੀਸਸ ਨੇ, ਉਹਨਾਂ ਨੇ ਵੀ ਦਰਿਆ ਵਿੱਚ ਖਲੋ ਕਰਕੇ ਯਹੂਨਾ ਨਾਮ ਦੇ ਮਹਾਂਪੁਰਖ ਦੇ ਕੋਲੋਂ ਬਪਤਿਸਮਾ ਲਿਆ। ਜਦ ਕਿ ਉਹ ਆਪਣੇ ਆਪ ਨੂੰ ਖੁਦਾ ਦਾ ਪੈਗੰਬਰ ਹੋਣ ਦਾ ਦਾਅਵਾ ਕਰਦੇ ਨੇ, ਜਿਹੜੇ ਉਹਨਾਂ ਦੇ ਮਤ ਨੂੰ ਗ੍ਰਹਿਣ ਕਰਦੇ ਨੇ, ਉਹਨਾਂ ਦਾ ਕਹਿੰਦੇ ਨੇ ਕਿ ਮੈਂ ਪਰੋ ਵੀ ਤੁਹਾਡੀ ਰੱਖਿਆ ਕਰਾਂਗਾ। ਲੇਕਿਨ ਉਹਨਾਂ ਨੇ ਵੀ ਗੁਰੂ ਧਾਰਨ ਕੀਤਾ। ਹਿੰਦੁਸਤਾਨ ਦੇ ਦੋ ਮਹਾਂਪੁਰਖ ਜਿਹਨਾਂ ਨੂੰ ਉਹਨਾਂ ਦੇ ਪੈਰੋਕਾਰਾਂ ਨੇ ਭਗਵਾਨ ਕਰਕੇ ਮੰਨਿਆ, ਭਗਵਾਨ ਭਗਵਾਨ ਦਾ ਭਾਵ ਰੱਬ, ਮੈਂ ਤਾਂ ਪੜ੍ਹ ਕੇ ਹੈਰਾਨ ਹੋ ਗਿਆ। ਉਹਨਾਂ ਦੇ ਧਰਮ ਗ੍ਰੰਥ ਲਿਖਿਆ ਵੀ ਜਿਸ ਬੰਦੇ ਕੋਲ 6 ਚੀਜ਼ਾਂ ਹੋਣ, ਉਹ ਬੰਦਾ ਰੱਬ ਦੇ ਬੰਦਾ ਰੱਬ। ਕਿਹੜੇ ਕਿਹੜੇ? ਧਰਮ, ਸਜਾਸ, ਵਰਾਗ, ਗੁਣ, ਐਸ਼, ਵਰ, ਸ੍ਰੀ ਗਿਆਨ, ਖੱਟ, ਭਗਾ, ਸਪਾਨ, ਜੋ ਤਹਿ ਗਏ ਭਗਵਾਨ। ਇੱਕ ਧਰਮੀ ਹੋਵੇ, ਇੱਕ ਉਹਦੀ ਲੋਕਾਂ 'ਚ ਮਸ਼ਹੂਰੀ ਹੋਵੇ, ਪਰ ਚੰਗੀ ਪੱਗ ਦੀ, ਇਹ ਨਹੀਂ ਵੀ ਬਦਨਾਮੀ ਹੋਵੇ ਵੀ ਉਹ ਜੇਬ ਕਤਰਾ, ਉਹ ਚੋਰ ਹੈ, ਕੁਕਰਮੀ ਹੈ। ਇੱਕ ਧਰਮੀ ਹੋਵੇ, ਚੰਗਾ ਸੇਖ ਜਸ ਹੋਵੇ, ਬਰਾਦ ਹੋਵੇ, ਦੁਨੀਆਂ ਦੀ ਸੁੱਖ ਸਹੂਲਤ ਹੋਵੇ, ਪੈਸਿਆਂ ਦੀ ਬਹੁਤ ਆਵੇ, ਤੇ ਗਿਆਨਵਾਨ ਹੋਵੇ, ਉਹਨੂੰ ਕਹਿੰਦੇ ਨੇ ਭਗਵਾਨ, ਅਕੋਰਡਿੰਗ ਟੂ ਹਿੰਦੂਇਜ਼ਮ। ਜਿਹੜੇ ਕੋਈ 6 ਚੀਜ਼ਾਂ ਨੇ ਨਾ, ਉਹਨਾਂ ਨੇ ਉਸ ਬੰਦੇ ਨੂੰ ਵੀ ਭਗਵਾਨ ਕਿਹਾ ਹੈ। ਰੋਹਚਾਰ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਨੂੰ 16 ਕਲਾ ਉਹਨਾਂ ਮੰਨਿਆ, ਸ੍ਰੀ ਰਾਮ ਚੰਦਰ ਜੀ ਨੂੰ ਉਹਨਾਂ ਨੇ 14 ਕਲਾ ਮੰਨਿਆ। ਭਗਵਾਨ ਜਿਹਨਾਂ ਨੂੰ ਮੰਨਿਆ ਉਹਨਾਂ ਵੀ ਗੁਰੂ ਧਾਰਨ ਕੀਤਾ। ਸ੍ਰੀ ਕ੍ਰਿਸ਼ਨ ਮਹਾਰਾਜ ਨੇ 3 ਗੁਰੂ ਧਾਰਨ ਕੀਤੇ ਨੇ। ਇੱਥੇ ਕਹਿਣਾ ਕਈਆਂ ਨੇ ਕਿ ਹੁਣ ਗਿਆਨੀ ਡੱਕੇ ਆਏ ਜਸਵੰਤ ਸਿੰਘ, ਬੜਾ ਗੱਲਾਂ ਬੜੀਆਂ ਕਦਾ, ਹੁਣ ਪੁੱਛਾਂਗੇ ਕਿ ਤੂੰ ਮਹਾਰਾਜ ਕਿਉਂ ਆਖਿਆ। ਮਹਾਰਾਜ ਦਾ ਅਰਥ ਨਾ ਜਿਹਨੇ ਮਹਾਨ ਰਾਜ ਕਹਿੰਦੇ ਨੇ ਭੇਦ ਨੂੰ, ਮਹਾਨ ਨਾਮ ਹੈ ਪਰਮੇਸ਼ਰ, ਜਿਹਨੇ ਵਾਹਿਗੁਰੂ ਦੇ ਭੇਦ ਨੂੰ ਜਾਣਿਆ ਉਹਨੂੰ ਕਹਿੰਦੇ ਨੇ ਮਹਾਰਾਜ। ਰਾਜ ਨਾਮ ਹੈ ਭੇਦ ਦਾ, ਮਹਾਨ ਅਰਥ ਹੈ ਮਹਾਨ, ਜਿਹਨੇ ਵਾਹਿਗੁਰੂ ਦੇ ਭੇਦ ਨੂੰ ਜਾਣਿਆ ਉਹਨੂੰ ਕਹਿੰਦੇ ਨੇ ਮਹਾਰਾਜ। ਤੇ ਮੈਂ ਆਪਣੀ ਸੇਫਟੀ ਲਈ ਗੁਰੂ ਕੀ ਬਾਣੀ ਦੀ ਪੰਕਤੀ ਪੜ੍ਹਾਂ, ਰਾਮ ਕਬੀਰਾ ਏਕ ਭੈ ਹੈ ਕੋਈ ਨਾ ਸਕੀ ਪਛਾਣੀ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੇ ਲਾਗੂ ਹਰ ਫਿਰੇ ਕਹਿਤ ਕਬੀਰ ਕਬੀਰ। ਸ੍ਰੀ ਕ੍ਰਿਸ਼ਨ ਜੀ ਨੇ 3 ਗੁਰੂ ਧਾਰਨ ਕੀਤੇ, ਦਰਵਾਸ਼ਾ ਜੀ, ਸੰਦੀਪਨ ਜੀ, ਤੇ 3 ਨੰਬਰ ਤੇ ਗਰਗ, ਤੇ ਉਹਨਾਂ ਦੇ ਕੁੱਲ ਗੁਰੂ ਸਨ। ਸ੍ਰੀ ਰਾਮ ਜੀ ਨੇ 2 ਗੁਰੂ ਧਾਰਨ ਕੀਤੇ ਨੇ, ਇੱਕ ਵਿਸ਼ਵਾਮਿੱਤਰ ਜੀ, ਦੂਸਰਾ ਵਸ਼ਿਸ਼ਠ ਜੀ। ਔਰ ਇਸੇ ਤਰ੍ਹਾਂ ਗੁਰਮੁਖੋ, ਸਾਡੇ ਧਰਮ ਦੇ ਵਿੱਚ ਵੀ ਗੁਰੂ ਨੂੰ ਧਾਰਨ ਦਾ ਇੱਕ ਪ੍ਰੋਸੀਜਰ, ਇੱਕ ਢੰਗ ਤਰੀਕਾ ਹੈ। ਕਈ ਬੰਦੇ ਕਹਿੰਦੇ ਕਿ ਗਿਆਨੀ ਜੀ ਅੰਮ੍ਰਿਤ ਛਕਣ ਨਾਲ ਕੀ ਹੋ ਜਾਏ, ਜ਼ਰੂਰੀ ਥੋੜ੍ਹਾ, ਅਸੀਂ ਕਦੇ ਰੋਮ ਨਹੀਂ ਬਣਾਏ, ਅਸੀਂ ਕਦੇ ਬੀਟ ਨਹੀਂ ਖਾਧਾ। ਕਈ ਇਹਨਾਂ ਗੱਲਾਂ ਚੱਕੜੇ ਫਿਰਦੇ ਨੇ ਕਿ ਅਸੀਂ ਬੀਟ ਨਹੀਂ ਖਾਧਾ, ਬੜੀ ਚੰਗੀ ਗੱਲ ਹੈ ਗੁਰਮੁਖਾ, ਗੁਰੂ ਤੇਰੇ ਤੇ ਕਿਰਪਾ ਕਰੇ, ਤੇਰੇ ਅੰਦਰ ਦਇਆ ਬਣੀ ਰਹਿ। ਲੇਕਿਨ ਇੰਨੀ ਗੱਲ ਤੇ ਅੜੀ ਜਾਣਾ, ਇਹ ਨਹੀਂ ਆਪਾਂ ਧੀਆਂ ਭੈਣਾਂ ਵਾਲੇ ਹਾਂ, ਸਾਡੀ ਬੱਚੀ ਮੰਗੀ ਹੈ। ਤੇ ਗੁਰਮੁਖੋ, ਭਾਵੇਂ 15 ਸਾਲ ਮੰਗੀ ਰਹੇ ਪਰ ਸੁਹਾਗਣ ਨਹੀਂ, ਸਾਡੀ ਬੱਚੀ ਮੰਗੀ ਹੈ ਭੈਣ ਧੀ, ਸਾਡੇ ਸੰਬੰਧ ਬੜੇ ਸੁਖਾਵੇਂ ਨੇ,
लेकिन जिन्ना चिर आनंद कारना ना होया ओनू किसी ने सुहागण नहीं जिगा। जे दिन आनंद कारज हो गया किसी गलों घर में कोई वाधा घाटा हो गया ना, उस बीबी के भावों ने भी अपने जीजे भरोइए कहना भाइया हुण तेरी जिम्मेवारी है। भरा जिउंदे जागते ने, पिता जिउंदा जागता है, ताए चाचे ने वड्डा परिवार है, लेकिन जो उस बीबी का पति नाल संबंध हो गया तो पति की जिम्मेवारी। हर मौके आप कहे कि सिया कमला बंदा है, घरवाली परेशान है, वो पट्ठे वढ़ती फिरती बार की मूहे से बैठा परे ओनू लामा देंगे। इस प्रकार गुरमुख केवल गुरुद्वारे आना, केवल चौर करना, केवल सेवा करनी बात नहीं तो बनती जिन्ना चर आप गुरु नाल संबंध ना बनाया। उस संबंध बनाने का तरीका की है? अमृत पिया सतगुर दिया, अमर ना जाना दुआ तिया। ते गुरदेव ने क्लीयर कट के सुर नार गुणजन अमृत खोजते सो अमृत मुड़ते पाया। जेड़ा गुरु ने गुरु त्रिकाल दर्शी है ये गल भला गुरु अमरदास पातशाह ने क्यों की? सुर नार गुणजन खोजते सो अमृत गुरदे पाया। गुरदेव ने ता कही कईयां ने बाबिआं दा पानी बोतलां च पिया ते फूकां मार के इहो कही जांदे बाबिआं कोल अमृत लै के आए आ। जिहड़ा बोतल दा पानी है ना ये अमृत नहीं हो, ये तू भुलेखे च है। तुसीं पंजाब चों आए हो ते कईयां नूं कहणगे फलाणे दे घर सियाणा आया सियाणा, मैनूं किसी ने पुछ लिया भले कुछ नहीं कहिंदे ज्ञानी जी नूं सियाणा क्यों कहिंदे? मैं क्या जी कहती उन्होंने पूछ तू चंगा सियापा तेरे घर पाता कहते जी तुम कथा वाजक हो तो की आते पूछ लिया जे। मैं क्यों सियाणा ता कहते भी किसी के घर गया तो कहते भी साढ़े न्याणे डरते हैं, साड़ी जी गां किले से भुड़कती है, पानी लियाओ पानी नलके तो पानी भरिया उन्होंने नलका उन्होंने बोतल उन्हों का पानी तो बाबे ने मारिया फूक कहते 2100 लागे ਕਿੱਡਾ ਸਿਆਣਾ ਹੈ ਬਾਬੇ ਨੇ ਥੁੱਕਿਆ ਹੈ ਉਹਦੀ ਥੁੱਕ ਵੇਖੀ 2100 ਚ ਸਿਆਣਾ ਨਾ ਹੋਇਆ ਤੇ ਕੌਣ ਹੋਇਆ? ਨਲਕਾ ਕਿਸੇ ਦਾ ਪਾਣੀ ਕਿਸੇ ਦਾ ਬੋਤਲ ਕਿਸੇ ਦੀ ਤੇ ਨਾਲੇ ਆਪਣੀ ਥੁੱਕ ਪਾ ਕੇ ਉਹਨੇ ਝੁੱਗੋ ਨੂੰ ਪਾ ਗਿਆ ਤੇ ਉਹ ਸਿਆਣਾ ਤੇ ਕਮਿਆਂ ਦਾ ਡੱਬਲ ਹੋਇਆ। ਇਸ ਕਰਕੇ ਰੱਬ ਦਾ ਵਾਸਤਾ ਜੇ ਇਹਨਾਂ ਦੇ ਚੱਕਰਾਂ ਤੋਂ ਬਚੋ। ਅੰਮ੍ਰਿਤ ਕਿਹੜਾ? ਸੋਰ ਨਾਲ ਗੁਣ ਜਨ ਅੰਮ੍ਰਿਤ ਖੋਜਦੇ ਸੋ ਅਮਰਤ ਗੁਰਦੇ ਪਾਇਆ। ਇਹ ਗੁਰੂ ਗੁਣ ਮਿਲੇਗਾ। ਇਹ ਗੱਲ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਉਂ ਕੀ ਕਾਰਨ ਪੈ ਗਿਆ ਭਲਾ? ਉਹਦਾ ਜਵਾਬ ਇਹ ਹੈ ਗੁਰਮੁਖੋ, ਇਹ ਅੰਮ੍ਰਿਤ ਸ਼ਬਦ ਬਹੁਤ ਪੁਰਾਣਾ ਹੈ, ਇਹ ਵੱਖਰੀ ਗੱਲ ਹੈ ਕਿ ਭਾਸ਼ਾ ਦੇ ਰਲ ਕੇ ਉਹਦਾ ਨਾਮ ਕੁਝ ਲਿਖਿਆ ਜਿਵੇਂ ਕਿਸੇ ਨੇ ਡੈਡੀ ਕਹਿ ਦਿੱਤਾ, ਕਿਸੇ ਪਾਪਾ ਕਹਿ ਦਿੱਤਾ, ਕਿਸੇ ਬਾਪੂ ਜੀ ਕਹਿ ਦਿੱਤਾ, ਪਰ ਹੈ ਤਾਂ ਪਿਤਾ ਜੀ ਨੇ ਨਾ। ਇਸ ਪ੍ਰਕਾਰ ਜਿਹੜਾ ਅੰਮ੍ਰਿਤ ਸ਼ਬਦ ਹੈ ਇਹਨੂੰ ਇੱਥੇ ਕਹਿੰਦੇ ਨੇ ਬਪਤਿਸਮਾ। ਕਿਸੇ ਨੇ ਕਹਿ ਦਿੱਤਾ ਆਪੇ ਹਯਾਤ ਉਹ ਪਾਣੀ ਜਿਹੜਾ ਜ਼ਿੰਦਗੀ ਦਿੰਦਾ ਹੈ, ਇਹ ਦੋ ਸ਼ਬਦਾਂ ਦਾ ਕੰਬੀਨੇਸ਼ਨ ਆਪੇ ਹਯਾਤ ਤੋਂ ਪਾਪ ਆਪ ਕਹਿੰਦੇ ਨੇ ਪਾਣੀ ਨੂੰ, ਹਯਾਤ ਕਹਿੰਦੇ ਨੇ ਜ਼ਿੰਦਗੀ ਨੂੰ, ਉਹ ਪਾਣੀ ਜਿਹੜਾ ਨਵਾਂ ਜੀਵਨ ਦੇਵੇ। ਇਹ ਅੰਮ੍ਰਿਤ ਸ਼ਬਦ ਪ੍ਰਾਪਤਨ ਗ੍ਰੰਥਾਂ ਦੇ ਵਿੱਚ ਬਹੁਤ ਵਿਸਤਾਰ ਨਾਲ ਆਇਆ ਔਰ ਇਹਦੀ ਜਦੋਂ ਅਸੀਂ ਵਿਆਖਿਆ ਕਰਦੇ ਤਾਂ ਸਾਨੂੰ ਸ਼ਰਮ ਬੜੀ ਆਉਂਦੀ ਹੈ। ਇਹ ਜੇ ਕਰਦੇ ਨਹੀਂ ਤੇ ਕਹਿੰਦੇ ਤੁਸੀਂ ਛੱਡ ਕੇ ਅਧੂਰੀ ਛੱਡ ਕੇ, ਉਹ ਗੱਲ ਸ਼ਰਮ ਵਾਲੀ ਕਿਹੜੀ ਹੈ? ਮੇਰੀਆਂ ਧੀਆਂ ਬੇਟੀਆਂ ਨੇ ਮੈਨੂੰ ਮਾਫ਼ੀ ਦੇਣੀ। ਉੱਥੇ ਇੱਥੋਂ ਤੱਕ ਲੈ ਗਿਆ ਕਿ ਔਰਤ ਦੇ ਹੋਠਾਂ ਵਿੱਚ ਅੰਮ੍ਰਿਤ ਹੈ, ਕਿਹੜੀ ਘਟੀਆਂ ਗੱਲ। ਤੇ ਜੇ ਇਹ ਮੰਨ ਲਿਆ ਜਾਏ ਉਹਨਾਂ ਦੀ ਗੱਲ ਨੂੰ ਤੇ ਫਿਰ ਇਹ ਔਰਤਾਂ ਦੇ ਬਾਅਦ ਕੌਣ? ਉੱਥੇ ਇੱਥੋਂ ਤੱਕ ਲੈ ਗਿਆ ਕਿ ਜਿਹੜਾ ਚੰਦਰਮਾ ਇਹਦੇ ਵਿੱਚ ਅੰਮ੍ਰਿਤ ਹੈ ਚੰਦਰਮਾ ਵਿੱਚ, ਤੇ ਮੈਂ ਇਸ ਪੱਖ ਨੂੰ ਆਮ ਕਰਕੇ ਬਿਆਨ ਕਰਦਾ ਹੁੰਦਾ ਕਿ ਭੁੱਲ ਕੇ ਵੀ ਚੰਦਰਮਾ ਚ ਅੰਮ੍ਰਿਤ ਨਾ ਮੰਗਿਆ ਜੇ ਭੁਲੇਖੇ ਨਾਲ। ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸਨ ਤੇ ਮਾਈਆਂ ਭੋਲੀਆਂ ਨੇ ਸਾਨੂੰ ਕਹਿ ਮੱਸਿਆ ਦੁੱਧ ਜੇ ਤੈਨੂੰ ਖੁਦ ਭਾਵ ਚੰਦਰਮਾ ਮੈਨੂੰ ਮੱਥਾ ਟੇਕ, ਤੇ ਮੈਂ ਹੁਣ ਪ੍ਰਚਾਰ ਕਰਦਾ ਵੀ ਭੁੱਲ ਕੇ ਚੰਦੇ ਦੇ ਮੱਥੇ ਵੱਡਾ ਚੰਦਰਾ ਜੇ ਮੱਥੇ ਨਾ ਲੱਗਿਆ, ਜਿਹਦੇ ਮੱਥਾ ਟੇਕਣਾ ਤਾਂ ਕਿਤੇ ਚੰਦਰਾ ਜੇ ਵੱਡਾ ਮੱਥਾ ਨਾ ਟੇਕਿਆ ਜੇ। ਕਹਿੰਦੇ ਗਿਆਨੀ ਜੀ ਨੇ ਤੁਹਾਡੀ ਕੰਧ ਢਾਈ ਵੀ ਇੰਨੀ ਇਹਦੀ ਐਂਟੀ ਹੋ ਗਈ, ਤੁਹਾਡਾ ਵਿਗਾੜਿਆ ਇਹ ਕੀ ਹੈ? ਉਹ ਇਹ ਹੈ
ਭਾਈ ਗੁਰਦਾਸ ਜੀ ਵਾਲਮ ਲਿਖਦੇ ਨੇ ਵੱਡਾ ਵਕਰਮੀ ਆਖੀਏ ਧੀ ਭੈਣੋ ਸਕੇ। ਕਿੱਡਾ ਵੀ ਬੰਦਾ ਨਿਕੰਮਾ ਘਟੀਆ ਹੋਵੇ ਪਰ ਜਿਹਨੂੰ ਕਹਿੰਦੇ ਨੇ ਭੈਣ ਜੀ ਮਾੜਾ ਜਿਹਾ ਪਾਸੇ ਹੋ ਜਾ ਧੀਏ ਰਾਣੀਏ ਕੀ ਹਾਲ ਹੈ ਪਰਿਵਾਰ ਦਾ, ਭਾਵੇਂ ਉਹ ਗੈਰ ਦੀ ਧੀ ਵੀ ਹੈ ਪਰ ਬੰਦੇ ਦਾ ਮਨ ਸਾਫ਼ ਹੋ ਜਾਂਦਾ, ਬਾਸ਼ ਹੋ ਜਾਂਦਾ। ਮੈਂ ਮੁਕਤੀ ਆਖਿਆ ਇਹ ਭੈਣ ਮੇਰੀ। ਭਾਈ ਗੁਰਦਾਸ ਕਹਿੰਦੇ ਕਿੱਡਾ ਘਟੀਆ ਕਰੈਕਟਰ ਦਾ ਬੰਦਾ ਉਹ ਜਿਹਨੂੰ ਧੀ ਦੇ ਭੈਣ ਕਹਿੰਦੇ ਉਹਨੂੰ ਮਾੜੀ ਨਿਗਾਹ ਨਾਲ ਨਹੀਂ ਤਾਂ ਤੱਕਦਾ। ਜਿਹੜੇ ਕਹਿੰਦੇ ਨੇ ਚੰਦਰਮਾ ਵਿੱਚ ਅੰਮ੍ਰਿਤ ਹੈ, ਅਸੀਂ ਉਹ ਸਾਰੇ ਮਤ ਨੂੰ ਪੜ੍ਹੀਏ ਤੇ ਦੇਵਤਿਆਂ ਦਾ ਲਿਖਿਆ ਮੁਖੀ ਗੁਰੂ ਬ੍ਰਿਸਪਤ। ਬ੍ਰਿਸਪਤ ਦੀ ਧਰਮ ਪਤਨੀ ਦਾ ਨਾਮ ਸੀ ਤਾਰਾ। ਇਹ ਸੋਮ ਇਹ ਚੰਦਰਮਾ ਨੂੰ ਧਰਮ ਗ੍ਰੰਥਾਂ ਸੋਮ ਕਰਕੇ ਲਿਖਿਆ, ਜੇ ਸੋਮ ਬਾਣੀ ਵਿੱਚ ਵੀ ਇਹਦਾ ਨਾਮ ਸੋਮ ਲਿਖਿਆ, ਸੋਮ ਵਾਸ ਅਮਰ ਝਰੇ ਚਾਰ ਬੀਰ ਸਰਬ ਦੇ ਘਰੇ। ਔਰ ਇਹ ਸੋਮ ਨੇ ਆਪਣੇ ਗੁਰੂ ਦੀ ਧਰਮ ਪਤਨੀ ਦੇ ਨਾਲ ਕਰਮ ਕੀਤਾ ਔਰ ਉਹਦੇ ਤੋਂ ਜਿਹੜਾ ਬੁੱਧ ਹੋਇਆ ਉਹਦਾ ਨਾਮ ਰੱਖਿਆ। ਜੇ ਬੁੱਧ ਲੋਕੀ ਕਹਿੰਦੇ ਬੁੱਧ ਕਰਮ ਸੁੱਧ, ਇਹਦੇ ਮੈਂ ਅਰਥ ਕਰਾਂ ਕਿ ਮੈਨੂੰ ਸ਼ਰਮ ਆਉਂਦੀ ਮੈਂ ਕਰ ਨਹੀਂ ਦੇ ਸਕਦਾ। ਕਹਿਣ ਤੋਂ ਭਾਵ ਕਿ ਨਾ ਚੰਦਰਮਾਲਾ ਵਾਲਾ ਅੰਮ੍ਰਿਤ ਸਹੀ ਹੈ ਨਾ ਸਮੁੰਦਰ ਵਾਲਾ। ਫਿਰ ਇਹ ਵੀ ਲਿਖਿਆ ਕਿ ਸਮੁੰਦਰ ਵਿੱਚ ਅੰਮ੍ਰਿਤ ਹੈ ਤੇ ਜੇ ਸਮੁੰਦਰ ਵਿੱਚ ਅੰਮ੍ਰਿਤ ਤੇ ਖਾਰਾ ਕਿਉਂ ਹੈ। ਅਸਲੀ ਗੱਲ ਗੁਰਦੇਵ ਨੇ ਨਿਬੇੜ ਦਿੱਤੀ ਕਿ ਗੁਰਮੁਖਾ ਜਿਹੜਾ ਇਹ ਅੰਮ੍ਰਿਤ ਹੈ ਇਹ ਕੇਵਲ ਤੇ ਕੇਵਲ ਤੈਨੂੰ ਗੁਰੂ ਕੋਲ ਮਿਲੇਗਾ, ਗੁਰੂ ਕੋਲੋਂ। ਜਿਵੇਂ ਆਪਾਂ ਪੜ੍ਹਦੇ ਹਾਂ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝਣ ਆਵੈ, ਗੁਰ ਬਿਨ ਸੁਰਤਨ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਪਰ ਇਹਦੇ ਨਾਲ ਇੱਕ ਇਹ ਵੀ ਗੱਲ ਖਿਆਲ ਰੱਖਣੀ, ਗੁਰੂ ਕੱਚਾ ਨਾ ਹੋਵੇ। ਕਾਚੇ ਗੁਰਤੇ ਮੁਕਤ ਨਾ ਹੋਵਾ। ਔਰ ਇਹ ਸ਼ੰਕੇ ਦੀ ਨਿਰਤੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ ਵਿੱਚ ਲਿਖੀ ਹੈ ਕੱਚੇ ਗੁਰੂ ਬਾਰੇ। ਉਹਨਾਂ ਨੇ ਇੱਕ ਪੌੜੀ ਵਿੱਚ ਇਹ ਲਿਖਿਆ ਹੈ, ਸੋਹਣੀ ਮਹੀਂ ਬਾਲ ਨੂੰ ਨੈ ਤਰਦੀ ਰਾਤੀ, ਰਾਂਝਾ ਹੀਰ ਬਖਾਣੀ, ਉਹ ਕਿਰਮ ਪ੍ਰਾਤੀ ਸੋਚ ਬੀਜਾ ਗਾਵੀਏ, ਉਹ ਸੁਭੜਾ ਗਾਤੀ। ਮੈਂ ਕਈ ਸਾਲ ਕਨਫਿਊਜ ਰਿਹਾ, ਉਲਝਿਆ ਰਿਹਾ ਵੀ ਭਾਈ ਸਾਹਿਬ ਨੇ ਆ ਸੋਹਣੀ ਮਹੀਂ ਬਾਲ ਦਾ ਨਾਂ ਕਿਉਂ ਲਿਖਿਆ। ਤੇ ਜਿਹਨਾਂ ਨੇ ਸਾਨੂੰ ਵਿਦਿਆ ਦਿੱਤੀ ਨਾ ਗੁਰਮੁਖ ਦੀ, ਉਹ ਕਹਿੰਦੇ ਗੁਰਮੁਖ ਮਹਾਂਪੁਰਖਾਂ ਦੀ ਸੋਚ ਉੱਚੀ ਹੁੰਦੀ ਤੇ ਆਪਣੀ ਨੀਵੀਂ। ਉਹਨਾਂ ਨੇ ਜੋ ਲਿਖਿਆ ਦੁਰਸਤ, ਅਸੀਂ ਕਿਹਾ ਵੀ ਜੇ ਦੁਰਸਤ ਲਿਖਿਆ ਸਾਨੂੰ ਸਮਝਾਓ। ਉਹ ਕਹਿੰਦੇ ਜਿਹੜੀ ਸੋਹਣੀ ਸੀ ਨਾ, ਉਹ ਆਪਣੇ ਪਿਆਰੇ ਨੂੰ ਮਿਲਣ ਵਾਸਤੇ ਜਾਂਦੀ ਰੋਜ਼ਾਨਾ ਪੱਕੇ ਘੜੇ ਤੇ, ਉਹਦੀ ਨਾਮ ਦੇ ਨਾਲ ਮਤ ਭੇਦ ਹੋ ਗਿਆ ਤੇ ਉਹਨੇ ਉਹ ਘੜਾ ਜਿਹੜਾ ਸੀ ਉਹ ਚੁੱਕ ਕੇ ਪਾਸੇ ਦਾ ਤਾਂ ਪੱਕਾ ਕੱਚਾ ਰੱਖ ਦਿੱਤਾ। ਉਸ ਬੀਬੀ ਨੇ ਜਦੋਂ ਘੜੇ ਨੂੰ ਦੇਖਿਆ ਤੇ ਪਤਾ ਚੱਲ ਗਿਆ ਵੀ ਕੱਚਾ, ਤੇ ਜੇ ਕਹਿਣ ਲੱਗੀ ਮੈਂ ਗਈ ਨਾ ਤੇ ਬਦਨਾਮੀ ਹੋਵੇਗੀ, ਚਰਚਾ ਹੋਵੇਗੀ, ਪਿਆਰ ਨੂੰ ਦਾਗ ਲੱਗੇਗਾ, ਚਲੋ ਕੱਚਾ ਹੀ ਸਹੀ। ਉਹਨੇ ਕੱਚੇ ਨੂੰ ਮੱਥਾ ਵੀ ਟੇਕਿਆ, ਪਰਿਕਰਮਾ ਵੀ ਕੀਤੀਆਂ, ਪਰ ਜਦੋਂ ਜਨਾਬ ਦੇ ਵਿੱਚ ਵੜੀ ਤੇ ਗੁਰਮੁਖ ਕੱਚਾ ਡੁੱਬ ਗਿਆ। ਇਸ ਪ੍ਰਕਾਰ ਕੱਚਿਆਂ ਤੋਂ ਭਾਵ ਇਹ ਹੈ ਕਿ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਲੜ ਲੱਗਿਆਂ ਬੰਨੇ ਲੱਗ ਜਾਂਗੇ, ਲੇਕਿਨ ਕੱਚਿਆਂ ਨੇ ਬੰਨੇ ਨਹੀਂ ਲਾਉਣਾ। ਜਿੰਨੇ ਵੀ ਰੱਬ ਦੇ ਪਿਆਰੇ ਨਮਸਕਾਰ, ਲੇਕਿਨ ਜੇ ਆਪਾਂ ਨਿਰਪੱਖ ਹੋ ਕੇ ਗੱਲ ਕਰੀਏ ਨਾ ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਬਰਾਬਰ ਕੋਈ ਗੁਰੂ ਹੈ ਹੀ ਨਹੀਂ। ਇੱਥੋਂ ਤੱਕ ਆਪਾਂ ਪੜ੍ਹਦੇ ਹਾਂ ਧਰਮ ਗ੍ਰੰਥਾਂ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਸਿੰਘ ਦੀ ਪੰਕਤੀ ਲਿਖੀ ਹੈ, ਗੁਰੂ ਕੀ ਬਾਣੀ ਵਿੱਚ ਵੀ ਆਉਂਦਾ ਹੈ, ਮਾਰ ਕੰਡੇ ਤੇ ਕੋਧ ਕਾਈ ਜਿਨ ਤ੍ਰਿਣ ਤਰਮੂਲ ਬਲਾਏ, ਲੱਖ ਵਰਿਆਂ ਦੀ ਆਰਜਾ ਕੋਕੇ ਕੋਟ ਮੰਡਤ ਸਾਜੇ, ਕਰਮ ਤਪੱਸਿਆ ਬਣ ਵੇਖੇ ਵਖਤ ਗੁਜ਼ਾਰਨ ਕਿੰਨੀ ਸਾਜੇ। ਵਡੇਰਿਆਂ ਦੇ ਕਹਿਣ ਮੁਤਾਬਕ ਮਾਰ ਕੰਡੇ ਰੇਕੀ ਦੀ ਉਮਰ ਲੱਖ ਵਰਾ ਹੋਈ, ਪਰ ਲੱਖ ਵਰਾ ਵੀ ਮੁੱਕ ਗਿਆ। ਜਿਹੜੇ ਆਏ ਨਾ ਉਹ ਜਾਣਗੇ, ਉਹ ਸਤਰਾਂ ਦਾ ਤੁਰ ਗਿਆ, ਕੁਛ ਅੱਧਿਆਂ ਦਾ ਤੁਰ ਗਿਆ, ਪਰ ਜਿਸ ਗੁਰੂ ਦੀ ਆਪਾਂ ਲੜ ਲੱਗਣਾ, ਨਮਸਕਾਰ ਬਾਜਾ ਵਾਲਿਆ ਤੂੰ ਸਾਡੇ ਤੇ ਇਹੋ ਜਿਹੀ ਰਹਿਮਤ ਕੀਤੀ, ਅਸੀਂ ਤੇਰੀ ਕਦਰ ਨਾ ਜਾਣੀ, ਅਸੀਂ ਅਗਰਤ ਕਰਨਾ। ਧਰਮ ਗ੍ਰੰਥਾਂ ਦਾ ਮੁਤਾਲਿਆ ਕਰੀਏ ਤੇ ਗੁਰਮੁਖੋ ਸਾਰਿਆਂ ਤੋਂ ਵੱਡਾ ਜਿਹੜਾ ਪਾਪ ਉਹ ਕਿਰਤ ਕਰਦਾ ਹੈ, ਮੈਂ ਕੀਤਾ ਨਾ ਜਾਤਾ ਰਾਮ ਕੋ। ਗੁਰੂ ਨੇ ਸਾਡੇ ਵਾਸਤੇ ਪੁੱਤ ਵਾਰੇ, ਅੰਮਾ ਵਾਰੀ, ਬਾਪ ਵਾਰਿਆ,
ਤੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀਆਂ ਕੀਤੀਆਂ ਪ੍ਰਕਰਮਾਂ ਹਜ਼ੂਰ ਸਾਹਿਬ ਜਿੱਥੇ ਨਿਸ਼ਾਨ ਸਾਹਿਬ ਰਖਾ ਦੋ, ਹਜ਼ੂਰ ਸਾਹਿਬ ਜੇ ਆਪ ਜਾਂਦੇ ਹੋ ਉਹ ਜਗ੍ਹਾ ਬੜੀ ਇਤਿਹਾਸਕ ਹੈ, ਇਤਿਹਾਸਕ ਜਗ੍ਹਾ ਹੈ। ਉਸ ਥਾਂ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਅਖੰਡ ਪਾਠ ਕਰਾਇਆ। ਗੁਰੂ ਕੇ ਪਿਆਰਿਆ ਸਿੰਘਾਂ ਨੇ ਜਿਹੜੇ ਰਹਿਣੀ ਤੇ ਕਹਿਣੀ ਵਾਲੇ ਸਹਿਣੀ ਵਾਲੇ ਸਨ ਉਹਨਾਂ ਹੀਰਿਆਂ ਨੂੰ ਅਖੰਡ ਪਾਠ ਕੀਤਾ। ਜੇ ਆਪਾਂ ਅਖੰਡ ਪਾਠ ਰਾਤ ਰਖਾ ਕੇ ਤੇ ਪ੍ਰਾਹੁਣਿਆਂ ਨੂੰ ਅਟੈਂਡ ਕਰਨ ਚਲੇ ਜਾਣ, ਪ੍ਰਾਹੁਣਿਆਂ ਨੂੰ ਇਹ ਬੜੀ ਗੁਰੂ ਕੋ ਵਾਲੀ ਗੱਲ। ਜੇ ਜਦੋਂ ਕਿਤੇ ਸਤਿਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਦਾ ਪਾਠ ਕਰਾਓ ਨਾ ਤੇ ਘੱਟ ਤੋਂ ਘੱਟ ਇੱਕ ਮੈਂਬਰ ਸੱਚੇ ਪਾਤਸ਼ਾਹ ਨੂੰ ਲਿਆ ਕਰੋ, ਘੱਟ ਤੋਂ ਘੱਟ। ਕਿਉਂ ਸਾਡੇ ਘਰ ਕੋਈ ਭੈਣ ਭਰਾ ਦੋਸਤ ਮਿੱਤਰ ਆਵੇ ਨਾ ਤੇ ਆਪਾਂ ਕੋਲ ਨਾ ਬਹੀਏ ਤੇ ਇਹ ਕਹੀਏ ਵੀ ਭਾਈ ਸਾਹਿਬ ਆਹ ਜੇ ਚਾਹ, ਆਹ ਜੇ ਬਿਸਕੁਟ, ਆਹ ਜੇ ਜੂਸ ਹੋ ਤੇ ਉਹ ਕਹਿੰਦਾ ਵੀ ਮੈਂ ਕਦੇ ਕਦੇ ਜੂਸ ਜੂਸ ਨਹੀਂ ਦੇਖਿਆ, ਘਰ ਤੁਸੀਂ ਮੇਰੇ ਕੋਲ ਨਹੀਂ ਬਹਿੰਦੇ। ਗੁਰਮੁਖੋ ਇੱਕ ਮਨੁੱਖ ਮਹਿਸੂਸ ਕਰਦਾ ਵੀ ਮੇਰੇ ਕੋਲ ਨਹੀਂ ਬਹਿੰਦੇ ਤੇ ਦੀਨ ਦੁਨੀਆਂ ਦਾ ਮਾਲਕ ਸਾਡੇ ਘਰ ਆਇਆ ਤੇ ਆਪਾਂ ਪਰਵਾਹ ਨਾ ਕਰੀਏ, ਮਿਲੇਗਾ ਸਾਨੂੰ ਕੀ? ਸਤਿਗੁਰ ਜਾਗਦਾ ਹੈ ਦਿਓ। ਗੁਰਮੁਖੋ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਕਲਗੀ ਧਰ ਪਾਤਸ਼ਾਹ ਨੇ ਆਪ ਸਾਰੀ ਸੁਣੀ, ਅਖੰਡ ਪਾਠ ਕੀਤਾ, ਉੱਥੇ ਭੋਗ ਪਿਆ। ਸਤਿਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦੀਆਂ ਪ੍ਰਕਰਮਾ ਕਰਕੇ ਆਖਿਆ ਸਿੱਖੋ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਜੇ ਗ੍ਰੰਥ ਜਾਂ ਸੰਤ ਪੜ੍ਹੋ ਤੇ ਗ੍ਰੰਥ ਅਰਥਾ ਗੰਢ ਗ੍ਰੰਥ ਪਹਿਲੇ ਗੱਗੇ ਨੂੰ ਸਿਹਾਰੀ ਐ ਚਲਾਰਾ ਉੱਪਰ ਟਿੱਪੀ ਤੇ ਥਕਾ ਮੈਂ ਸੰਤ ਅੱਤ ਪੜਿਆ ਨੇ ਗ੍ਰੰਥ ਮੇਰਾ ਗੰਢ। ਉਹ ਗੁਰੂ ਜਿਹੜਾ ਜੀਵ ਦੀ ਪਰਮਾਤਮਾ ਨਾਲ ਗੰਢ ਪਾ ਦੇ, ਜੋੜ ਕਰਾ ਦੇ। ਕੋਈ ਨੱਬਿਆਂ ਦਾ ਹੋ ਕੇ ਚਲਾ ਗਿਆ, ਕੋਈ ਸਤਰਾਂ ਦਾ ਹੋ ਕੇ ਚਲਿਆ ਤੇ ਕੋਈ ਸੌ ਤੋਂ ਦੂਰ ਟੱਪ ਗਿਆ। ਇਹ ਗੁਰੂ ਉਹ ਹੈ ਨਾ ਕਿ ਮਰੇ।